ਲੈ ਬਈ ਜੀ ਵੀ ਐਸ ਐਸਾ ਵਿਹੜਾ ਮਿਲਿਆ ਕੁਰਬਾਨੀ ਦਾ ਮਜ਼ਾ ਆ ਜਾਏਗਾ। ਇਹ ਕਿਆ ਹੋ ਰਹਾ, ਇਹ ਹਮਾਰੀ ਕੁਰਬਾਨੀ ਹੋ ਰਹੀ ਹੈ ਭਾਈ। ਵੇੜਾ ਤਾਂ 3.5 ਲੱਖ ਕਾ ਮਿਲਾ, ਦੇਖਣੇ ਮੈਂ 8 ਲੱਖ ਕਾ ਲਗੇ। ਲੈ ਭਾਈ ਤੂੰ ਜਾਣ, ਔਰ ਡਾਕੂ ਜਾਣੇ ਮੁਝੇ ਤੋ 3.5 ਲੱਖ ਪਕੜਾ, ਮੈਂ ਤੋ ਜਾਊਂ। 3.5 ਲੱਖ ਡਾਕੂ ਭਾਈ ਜਾਨ ਕੇ ਪਾਸ ਹੈ। ਡਾਕੂ ਭਾਈ ਜਾਨ ਵੋ 3.5 ਲੱਖ ਦੀਜੀਏਗਾ, ਆਪਕੋ ਬੀਚ ਮੇਂ 50,000 ਔਰ ਮਿਲਾ ਕੇ ਦੇਤਾ ਹੂੰ, 4 ਪੂਰਾ ਕਰ ਦੇਤਾ ਹੂੰ। ਯੇ ਲੋ 3.5 ਨਿਕਲ ਜਾਓ। ਮਿਹਰਬਾਨੀ ਭਾਈ, ਪਾਲ ਲੋ। ਕਿੱਧਰ ਤੈਨੂੰ? ਬਾ ਸੁਣੋ ਭਾਈ, ਸੋਟੇ ਨੂੰ ਸੋਫੇ ਦੇ। ਕਿੱਧਰ ਇੱਧਰ? ਮੇਰੀ ਬਾਤ ਸੁਣ, ਮੇਰੀ ਬਾਤ ਸੁਣ। ਓਏ ਜੋੜਾ ਚੀਕਾ ਮਾਰ ਕੇ ਸਾਨੂੰ ਫੜਵਾਏਗਾ ਹੀ ਓਏ, ਇਹਨੂੰ ਭੇਜ ਸਟੈਂਡ ਤੇ ਭੇਜ। ਚਲੋ ਤੂੰ ਹੋਏ ਤੁਹਾਨੂੰ। ਅੱਛਾ ਜੀ, ਅੱਛਾ ਜੀ। ਕਿੰਨੇ ਵੇੜੇ ਵਿੱਚ ਸਵੇਰ ਦੇ? ਡਾਕੂ ਭਾਈ ਸਵੇਰ ਦਾ ਇੱਕ ਵੀ ਨਹੀਂ ਵੇਚਾ। ਬਕਵਾਸ ਕਰ ਰਿਹਾ ਹੈ, ਮੁਝੇ ਫੋਨ ਪੇ ਕਹਿ ਰਿਹਾ ਥਾ ਕਿ 19 ਵਿਕ ਗਏ ਹੈ। ਓਏ ਕੁੱਤੇ ਦੇ ਬੱਚੇ ਵੇਚਣ ਵਾਲਾ ਤੇਰਾ ਕਾਦੇ ਤੇ ਵੇੜੇ ਵੇਚਣਾ? ਬਜੀ ਉਹ ਕੁਰਬਾਨੀ ਦਾ ਸੀਜ਼ਨ ਲਗਾਤਾ, ਉਹ ਨਹੀਂ ਤਾਂ ਸਾਰਾ ਸਾਲ ਤੋਂ ਮੈਂ ਕੁਲਫੀਆਂ ਲਗਾਤਾ ਹੂੰ। ਕਿੰਨੇ ਵੇੜੇ ਵੇਚੀ ਸਵੇਰ ਦੇ? 19। ਉਹ ਸਾ ਬੜੇ ਜ਼ਾਲਮ ਹੁੰਦੇ ਜੇ, ਇਹ ਬੁੱਢੇ ਜਾਨਵਰਾਂ ਨੂੰ ਨਕਲੀ ਰੰਦ ਲਾ ਕੇ ਵੇਚਦੇ ਜੇ। ਉਹ ਕਿੰਨੇ ਵੇਚੇ ਨੇ ਵੇੜੇ? 19। ਇੱਕ ਜਿਹੜਾ ਇਹਨੂੰ ਦਿੱਤਾ ਹੀ? ਹਾਂ ਜੀ, ਇਹ 21 ਦਿੱਤਾ ਸੀ। 20 ਵੇੜੇ। ਓਏ 3 ਲੱਖ ਦਾ ਵੀ ਵੇੜਾ ਲਾਓ ਤੇ 60 ਲੱਖ ਰੁਪਏ ਬੰਦਾ। ਕਿੱਥੇ ਹੀ ਉਹ 60 ਲੱਖ? ਓ ਮੇਰੇ ਬੇਟੇ ਦੇ ਪਾਸ ਜੀ। ਬੇਟਾ ਕਿੱਥੇ ਹੀ? ਮੰਡੀ ਪੈ ਜੀ। ਉਹਨੂੰ ਫੋਨ ਕਰ, ਕੈਸ ਬੈਂਕ 'ਚ ਜਮ੍ਹਾਂ ਕਰਾਉਣੇ ਨੇ ਪੈਸੇ, ਲੈ ਕੇ ਆ 60 ਲੱਖ। ਜਲਦੀ ਕਰ, ਗੋਲੀ ਮਾਰਾਂਗਾ ਇਹ ਪ੍ਰੋਪਰਟੀ 'ਚ। ਗੋਲੀ ਲੈ ਮਾਰ। ਡਾਕੂ ਭਾਈ ਮੈਂ ਬੇਟੇ ਦਾ ਨੰਬਰ ਫੀਡ ਕਰਨਾ ਭੁੱਲ ਗਿਆ। ਓਏ ਬੇਟੇ ਦਾ ਨੰਬਰ ਫੀਡ ਨਹੀਂ ਕੀਤਾ? ਉਹ ਬੇਟਾ ਤੇਰਾ ਕਿ ਮਸ਼ੂਕ ਹੈ ਤੇਰੀ ਉਹਦੀ? ਓ ਕੁੰਡੀ ਲਾ ਕੇ ਤੇ ਕੁੰਡੀ ਦੇ ਵਿੱਚ ਵੜ ਜਾ, ਫੋਨ ਕਰ, ਨਹੀਂ ਤੇ ਗੋਲੀ ਮਾਰਾਂਗਾ ਇਹ ਤੌਣ 'ਚ। ਡਾਕੂ ਭਾਈ ਆਪਨੇ ਤੋ ਬੈਗ ਵੀ ਲੈ ਲਿਆ ਹਮਾਰਾ, ਅਬ ਤੋ ਜਾਣੇ ਦੇ ਹਮੇ। ਭਾਈ ਜਾਨ ਵੋ ਪਰਸ ਮੇ ਗਾੜੀ ਕੀ ਚਾਬੀ ਜਬ ਉਹ ਦੇ ਦੇ, ਹਮ ਘਰ ਤੋ ਚਲੇ ਜਾਏ। ਬੋਸ ਗੱਡੀ ਵੀ ਹੈ ਇਹਨੇ ਆ ਤੁਹਾਨੂੰ ਗੱਡੀ ਮਾਰਾ ਗੋਲੀ ਇਹਨਾਂ ਨੂੰ ਇੱਕ ਇੱਕ। ਨਹੀਂ ਭਾਈ ਜੀ ਅਸੀਂ ਇੱਥੇ ਹੀ ਆ, ਅਸੀਂ ਇੱਥੇ ਹੀ ਆ। ਹੈਲੋ, ਅਸੀਂ ਇੱਥੇ ਹੀ ਆ, ਅਸੀਂ ਇੱਥੇ ਹੀ ਆ। ਪੈਸੇ ਮੰਗਾ ਨੂੰ ਇਤਲਾਵਾਂ ਦੇ ਰਹੇ ਬੇਟਾ, 60 ਲੱਖ ਲੈ ਕੇ GVS ਕੀ ਬੁਟੀਕ ਪੇ ਪਹੁੰਚੋ। ਕਿਉਂ ਅੱਬਾ, ਸ਼ਾਦੀ ਕਰਵਾਣੇ ਲਗਾ ਮੇਰੀ? ਤੇਰਾ ਬਾਪ ਯਾ ਡਾਕੂਆਂ ਮੇ ਗਿਰਾ ਹੁਆ, ਤੇਨੇ ਸ਼ਾਦੀ ਕੀ ਪੜੀ ਹੋਈ? ਓਏ ਡਾਕੂ ਭਾਈ ਨੂੰ ਬੱਚੇ ਕੀ ਸ਼ਾਦੀ ਹੋ ਲੈਣੇ ਤੋਂ 4 ਜੋੜੇ ਵਿਕ ਜਾਏਂਗੇ। ਬੋਸ ਬੋਸ ਪੁਲਿਸ। ਬੇਟਾ ਲੈਣ ਪਿਆ। ਉਹ ਜੋ 3.5 ਲੈ ਕੇ ਗਏ ਆ ਮੋਟੇ, ਉਹ ਤੁਮਨੇ ਪਕੜਾਇਆ ਥਾ ਤੁਮ। ਨਾਜ਼ਰੀਨ ਯਾ ਲੇਤੇ ਇੱਕ ਛੋਟੀ ਸੀ ਬ੍ਰੇਕ। ਉੱਚੀ ਆਵਾਜ਼ ਸੇ ਆਪਣਾ ਬਕਾਇਆ ਮੰਗ ਲਿਆ ਉਸਨੇ, ਇਤਨੀ ਜ਼ੋਰ ਸੇ ਮੇਰੇ ਸਰ ਪੇ ਹਾਥ ਮਾਰਾ ਸਰ, ਕਾਫੀ ਦਿਨ ਮੇਰੇ ਸਰ ਸੇ ਸਾਏ ਸਾਏ ਕੀ ਆਵਾਜ਼ਾਂ ਆਤੀ ਰਹੀ। ਤੁਮਨੇ ਸਿਰਫ ਬਕਾਇਆ ਨਹੀਂ ਮੰਗਾ ਹੋਗਾ, ਜਿਤਨਾ ਤੁਹਾਡਾ ਕੱਦ ਹੈ ਤੁਮਨੇ ਜ਼ਿੱਦ ਕੀ ਹੋਗੀ ਕਿ ਮੈਂ ਬੱਚਾ ਹੂੰ ਆਦੀ ਟਿਕਟ ਲੈ ਮੁਸ਼ਕਿਲ।